ਬੀਰ ਤੋਂ ਸ਼ੁਰੂ ਹੋਈ ਸਲਾਮ ਤੇ ਖਤਮ ਇਹ ਸਲਾਮ ਹੈ ਅੱਲਾਹ ਪਾਕ ਫਰਮਾਉਂਦਾ ਨੂਹ ਤੇ ਹੋਇਆ ਇਬਰਾਹਿਮ ਤੇ ਹੋਇਆ ਔਰ ਕੁਰਾਨ ਮਜੀਦ ਪੜ੍ਹਦਿਆਂ ਹਰ ਸ਼ਖਸ ਬੱਚੇ ਨੂੰ ਸੋਚਣਾ ਚਾਹੀਦਾ ਕਿ ਅੱਲਾਹ ਨੇ ਉੱਥੇ ਸਲਾਮ ਨਹੀਂ ਆਖਿਆ ਅਲਫ ਲਾਮ ਨਾ ਜਿਵੇਂ ਨੇ ਅਸਲਾਮ ਇਹ ਨਹੀਂ ਆਖਿਆ ਕੁਰਾਨ ਪਾਕ ਜਿਹੜਾ ਆਇਆ ਨੂਹ ਤੇ ਸਲਾਮ ਇਬਰਾਹਿਮ ਕਾ ਕੀ ਆਖਿਆ ਸਲਾਮ ਅਲਾ ਇਬਰਾਹਿਮ ਸਲਾਮ ਅਲਾ ਨੂਹ ਉੱਥੇ ਦੋ ਪੇਸ਼ਾ ਉੱਥੇ ਇਹਨੂੰ ਕਿਹਾ ਜਾਂਦਾ ਨਕਰਾ ਅਸਲਾਮ ਮਾਰਫਾ ਮਾਰਫਾ ਜਿਹਨੂੰ ਜਾਣਦੇ ਪਹਿਚਾਣਦੇ ਰਹੋ ਨਕਰਾ ਜਿਹਨੂੰ ਕੋਈ ਨਹੀਂ ਪਹਿਚਾਣ ਸਕਦਾ ਪਰ ਮੈਂ ਸਲਾਮ ਅਲਾ ਨੂਹ ਫਿਰ ਆਲਮੀਨ ਨੂਹ ਦੇ ਜਿਹੜਾ ਸਲਾਮ ਉਹ ਤੁਹਾਡੀ ਸਮਝ ਬਾਹਰ ਉਹ ਪਹਿਚਾਣ ਤੇ ਆਉਣਾ ਜਿਹੜਾ ਵਿਆਹ ਨਕਰਾ ਔਰ ਇਨਸਾਨਾਂ ਦੀ ਸਮਝ ਆਉਣ ਵਾਲੀ ਗੱਲ ਦਿੰਦੇ ਇਨਾਮ ਹੈ ਮੇਰੇ ਨਬੀਆਂ ਤੇ ਇਸ ਪਰ ਉਹ ਨਕਰੇ ਤਫਖੀਮੇ ਸ਼ਾਨ ਹੈ ਬੱਚਾ ਦਰਸਾ ਬੈਠਾ ਤਫਖੀਮੇ ਸ਼ਾਨ ਨਕਰਾ ਇਹਦੇ ਲਈ ਲਿਆਂਦਾ ਜਾਂਦਾ ਜਦੋਂ ਕਿਸੇ ਚੀਜ਼ ਦੀ ਸ਼ਾਨ ਬਹੁਤ ਬਣਾਉਣੀ ਹੋਵੇਗਾ ਕਿ ਮਰਦ ਆਇਆ ਇੱਕ ਮਰਦ ਹੈ ਮਰਦ ਤੇ ਸਾਰੇ ਉਹ ਮਰਦ ਕਹਿਣ ਪਤਾ ਚੱਲਦਾ ਕਿ ਕਿਸੇ ਬੜੇ ਨੁਮਾਇਆ ਆਦਮੀ ਦੀ ਗੱਲ ਹੈ ਅੱਲਾਹ ਨੇ ਆਖਿਆ ਜਿਹੜਾ ਸਲਾਮ ਹੈ ਨੂਹ ਔਰ ਇਬਰਾਹਿਮ ਤੇ ਹਜ਼ਰਤ ਇਲਿਆਸ ਸਲਾਮ ਹੋਣਾ ਸਮਝੋ ਬਾਹਰ ਗੱਲ ਔਰ ਜਿਹੜਾ ਸਲਾਮ ਉਹ ਹਜ਼ੂਰ ਤੇ ਆਖਿਆ ਤਾਂ ਸਲਾਮ ਹੋਣਾ ਇਹ ਵੀ ਸਮਝਾਉਣਾ ਕਿ ਇਹ ਕਿਉਂ ਮਾਰਫਾ ਹੈ ਇੱਥੇ ਵੀ ਮਾਰਫਾ ਦੀ ਗੱਲ ਦੱਸਣੀ ਕਿ ਨਕਰਾ ਵੀ ਆ ਮਾਰਫਾ ਵੀ ਮਾਰਫਾ ਇਸ ਪਾਰੋਂ ਇੱਕ ਸਲਾਮ ਹੋਵੇ ਜਿਹੜਾ ਪਤਾ ਸਾਨੂੰ ਖੁਦਾ ਨੇ ਦਿੱਤਾ ਸਮਝ ਨਹੀਂ ਅਸੀਂ ਸਕਦੇ ਮਗਰ ਉਹ ਸੂਰਾ ਨਮਲ ਤੋਂ ਜਿਹੜਾ ਮੈਂ ਪੜ੍ਹਿਆ ਸਲਾਮ ਅਲਾ ਇਬਾਦਿਹ ਅਲਜ਼ੀਨ ਅਸਤਫਾ ਕਿ ਉਹ ਸਲਾਮ ਅੱਲਾ ਜਿਹੜਾ ਜ਼ਿਕਰ ਤੂੰ ਆਪਣੀ ਕਿਤਾਬ ਕਰ ਚੁੱਕਾ ਸਾਨੂੰ ਇਤਲਾਹ ਦੇ ਚੁੱਕਾ ਜਿਹੜਾ ਸਾਲੀ ਜਾਣਿਆ ਪਹਿਚਾਣਿਆ ਜਿਹੜਾ ਤੇਰੇ ਨੇਕ ਚੁਣਿਆ ਬੰਦਿਆਂ ਤੇ ਅਸੀਂ ਉਹ ਸਲਾਮ ਰਸੂਲ ਤੇ ਕਰ ਰਹੇ ਹਾਂ ਐਰਾ ਵਗੈਰਾ ਸਲਾਮ ਨਹੀਂ ਜਿਹੜਾ ਹਰ ਮਿਲਣ ਵਾਲੇ ਨੂੰ ਅਸੀਂ ਕਹਿ ਰਹੇ ਹਾਂ ਉਹ ਸਲਾਮ ਜਿਹਦੀ ਖਬਰ ਤੂੰ ਸੂਰਾ ਨਮਰ ਦਿੱਤੀ ਹੈ ਕਿ ਮੇਰੇ ਜਿਹੜੇ ਚੁਣੇ ਵਾਲੇ ਬੰਦੇ ਨਾ ਉਹਨਾਂ ਤੇ ਅਸੀਂ ਉਸ ਮਾਰਫੇ ਸਲਾਮ ਦੀ ਗੱਲ ਕਰ ਪਹਿਚਾਣੇ ਬੇਟਾ ਦਰਿਆ ਤੋਹੀਦ ਮੈਂ ਗਰਕ ਹੋ ਗਿਆ ਪਤਾ ਨਹੀਂ ਹੁਣ ਦਿਮਾਗ ਠੀਕ ਹੈ ਜੀ ਨਹੀਂ ਬਹਰਹਾਲ ਅੱਲਾਹ ਦੀ ਕਿਤਾਬ ਰਸੂਲ ਦੀ ਸੁਨਤ ਤੋਂ ਪਤਾ ਲੱਗਦਾ ਕਿ ਇਹ ਨਮਾਜ਼ ਜਿਹੜੀ ਇਹਨੂੰ ਅਸੀਂ ਸਮਝ ਨਹੀਂ ਸਕੀ ਇਹ ਬਹੁਤ ਬੁਲੰਦ ਰਾਹ ਵਾ ਅੱਲਾਹ ਦੇ ਰਸੂਲ ਤੇ ਸਲਾਮ ਜਿਹੜਾ ਕਿਹਾ ਕਿ ਸਲਾਮ ਕਹੋ ਇਸ ਦੱਸ ਦਿੱਤਾ ਕਿ ਮੁਸਲਮਾਨ ਜਿਹੜਾ ਹਰ ਸ਼ੈ ਬਰਦਾਸ਼ਤ ਕਰ ਸਕਦਾ ਉਹਦੇ ਬਾਪ ਨੂੰ ਕੋਈ ਗਾਲੀ ਕੱਢੇ ਉਹ ਸਹਿ ਜਾਊਗਾ ਦਰਗੁਜ਼ਰ ਕਰੂਗਾ ਉਹਦਾ ਮਾਲ ਲੁੱਟਿਆ ਜਾ ਕਰੂਗਾ ਮਗਰ ਉਹਦੇ ਸਾਹਮਣੇ ਰਸੂਲਾਂ ਦੀ ਤੋਹੀਨ ਹੋ ਹਜ਼ੂਰ ਦੀ ਬਦਲੀ ਕਰੇ ਔਰ ਉਹ ਆਖੇ ਨਹੀਂ ਚਲੋ ਪੁੱਤ ਨਹੀਂ ਮਾਫ਼ ਕਰ ਰਿਹਾ ਨਹੀਂ ਈਮਾਨ ਜਿਹੜਾ ਖਤਮ ਹੋ ਗਿਆ ਇਸ ਤੋਂ ਅੱਲਾਹ ਦੇ ਰਸੂਲ ਨੇ ਫਰਮਾਇਆ ਜਦੋਂ ਤੁਸੀਂ ਮੇਰੇ ਤੇ ਸਲਾਮ ਆਉਂਦੇ ਉਹਦੇ 'ਤੇ ਐਲਾਨ ਕਰਦੇ ਜੀ ਕਿ ਨੁਕਤਾ ਚੀਨੀ ਅਸੀਂ ਨਹੀਂ ਬਰਦਾਸ਼ਤ ਕਰ ਔਰ ਇਸ ਬਾਰੋਂ ਚਲੋ ਅਜੇ ਕਾਮਯਾਬ ਨਹੀਂ ਹੋਏ ਮਗਰ ਉਹ ਠੀਕ ਸੀ ਇਮਾਮ ਖੁਮੈਨੀ ਦਾ ਫਤਵਾ ਔਰ ਸ਼ੀਆ ਮਦ ਦਾ ਕਿਹਦੇ ਲਈ ਕਿਸੇ ਅਦਾਲਤ ਦੇ ਫੈਸਲੇ ਦੀ ਲੋੜ ਨਹੀਂ ਬਾਕੀ ਸਾਰੇ ਜੁਰਮ ਅਦਾਲਤਾਂ ਜਾਣੇ ਚਾਹੀਦੇ ਤੋਹੀਨ ਰਸਾਲਤ ਦੇ ਜਿੱਥੇ ਕਿਸੇ ਮੁਸਲਮਾਨ ਨੂੰ ਮਿਲੇ ਉਹਦਾ ਸਿਰ ਉੜਾ ਦੇਣਗੇ ਇਹਦੇ ਲਈ ਕਿਸੇ ਅਦਾਲਤ ਦੇ ਫੈਸਲੇ ਦੀ ਲੋੜ ਨਹੀਂ ਇਹ ਹਰ ਮੁਸਲਮਾਨ ਦਾ ਜ਼ਾਤੀ ਮਾਮਲਾ ਕਿ ਮੇਰੇ ਨਬੀ ਤੂੰ ਮੇਰੇ ਸਾਹਮਣੇ ਤੋਹੀਨ ਕਰਨਾ ਉੜਾ ਦਿਓ ਇਹੋ ਜਿਹਾ ਨਾ ਮੁਰਾਦਾ